ਤੇ ਜਦੋਂ ਇੰਨੀ ਵੱਡੀ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਵੱਲ ਜਾ ਰਹੇ ਨੇ ਤੇ ਫਿਰ ਸੁਭਾਵਿਕ ਹੈ ਸਿੱਧੂ ਸਾਹਿਬ ਕਿ ਦਿੱਲੀ ਤਾਂ ਘਬਰਾਊਗੀ। ਉਹਦੀ ਨਿਸ਼ਾਨੀ ਅਸੀਂ ਦੇਖ ਲਈ ਅੱਜ ਕਿ ਹਰਿਆਣਾ ਦੇ ਬਾਰਡਰ ਸੀਲ ਕਰਵਾ ਤੇ ਜਿਹੜੇ ਹਰਿਆਣਾ ਦੇ ਕਿਸਾਨ ਆਗੂ ਸੀ ਉਹਨਾਂ ਨੂੰ ਹਾਊਸ ਅਰੈਸਟ ਕਰਤਾ ਜਾਂ ਵੈਸੇ ਉਹਨਾਂ ਨੂੰ ਦੇਖ ਰੇਖ ਦੇ ਵਿੱਚ ਰੱਖ ਲਿਆ। ਦਿੱਲੀ ਢਾਉਣ ਲਈ ਨਹੀਂ ਆ ਰਹੇ, ਦਿੱਲੀ ਦੁਆ ਮੰਗਣ ਲਈ ਆ ਰਹੇ ਹੈ ਕਿ ਸ਼੍ਰੀ ਮਾਨ ਜੀ ਜਿਹੜੇ ਕਾਨੂੰਨ ਬਣਾਏ ਹੈ ਇਹਨਾਂ ਕਾਨੂੰਨਾਂ ਦੇ ਖਿਲਾਫ ਹੈ, ਇਹ ਕਾਨੂੰਨ ਵਾਪਸ ਲਓ, ਦੱਸੋ ਸਾਨੂੰ ਇਹ ਕਾਨੂੰਨਾਂ ਦਾ ਕੀ ਫਾਇਦਾ ਹੈ। ਕੀ ਫਾਇਦਾ, ਬਿਲਕੁਲ ਕਿਤੇ ਕੋਰੋਨਾ ਵਾਇਰਸ ਦਾ ਹਥਿਆਰ ਤਾਂ ਨਹੀਂ ਵਰਤ ਲੂਗਾ ਕੇਂਦਰ ਸਰਕਾਰ ਤੇ ਕਿਤੇ ਫੇਰ ਕਹਿ ਦੇ ਕਿ ਲੋਕਡਾਊਨ ਲੱਗ ਗਿਆ ਜੀ, ਚਲੋ ਆਪਣੇ ਆਪਣੇ ਘਰੇ। ਕਿਸਾਨਾਂ ਨੂੰ ਕਿਸ ਤਰ੍ਹਾਂ ਦਵਾਇਆ ਜਾਵੇ ਜਾਂ ਕਿਸ ਤਰ੍ਹਾਂ ਇਹਨਾਂ ਤੇ ਕੋਈ, ਕਿਉਂਕਿ ਬਹੁਤ ਸੌਖਾ ਸੀਗਾ ਕਾਂਗਰਸ ਦੇ ਖਿਲਾਫ ਇਸ ਤਰ੍ਹਾਂ ਦਾ ਮੋਹਰ ਲਗਾਉਣੀ, ਪਰਿਵਾਰਵਾਦ ਦੀ ਗੱਲ ਕਰਨੀ, ਕਹਿ ਦੇਣਾ ਜੀ ਚਾਈਨਾ ਨਾਲ ਮਿਲੇ ਵੀ ਆ, ਕਹਿ ਦੇਣਾ ਜੀ ਤਾਂ ਕਾਂਗਰਸ ਤਾਂ ਖਤਮ ਹੋ ਗਈ ਅਮਲ ਚੋਂ। ਜੀ ਜੀ, ਕਿਸਾਨਾਂ ਬਾਰੇ ਨਾ ਬਹੁਤ ਮੈਨੂੰ ਲੱਗਦਾ ਕਿ ਦਿੱਲੀ ਖੁਦ ਇਸ ਹੱਦ ਤੱਕ ਭੰਬੜ ਭੁੱਸੇ ਚ ਪੈ ਗਈ ਹੈ, ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿਤੇ ਮੇਰੇ ਖਿਆਲ ਇਸ ਤਰ੍ਹਾਂ ਦੇ ਲੋਕਾਂ ਨਾਲ ਦਿੱਲੀ ਦਾ ਵਾਹ ਹੀ ਨਹੀਂ ਪਿਆ ਵੀ ਇਹਨਾਂ ਨੂੰ ਰੋਕੀਏ ਕਿਵੇਂ। ਜੇਪੀ ਨੱਡਾ ਨੇ ਬਿਆਨ ਤਾਂ ਤੁਸੀਂ ਆਪਾਂ ਸੁਣਿਆ ਹੀ ਆ, ਉਹ ਕਹਿੰਦੇ ਕਿ ਇਹ ਤਾਂ ਕਿਸਾਨ ਹੈ ਹੀ ਨਹੀਂ, ਇਹ ਤਾਂ ਵਿਚੋਲੀਏ ਨੇ। ਦਸੰਬਰ ਦੀ ਮੀਟਿੰਗ ਦਾ ਉਦੋਂ ਸੁਨੇਹਾ ਆਇਆ ਜਦੋਂ ਕਿ ਬਹੁਤ ਸਾਰੇ ਕਿਸਾਨ ਤਾਂ ਦਿੱਲੀ ਵੱਲ ਨੂੰ ਚੱਲ ਪਏ ਆ। ਇੰਨਾ ਹੀ ਮੁਲਕ ਦੇ ਪ੍ਰਧਾਨ ਮੰਤਰੀ ਕਿਸਾਨਾਂ ਦੇ ਬਾਰੇ ਚ ਸਾਫ ਕੋਈ ਨਾ ਗੱਲ ਕਰਦੇ ਆ ਜੀ, ਉਹ ਕਹਿੰਦੇ ਵੀ ਆ ਜਾਓ ਦਿੱਲੀ ਚ, ਮੈਂ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰੂੰਗਾ, ਨਾਲੇ ਮੈਂ ਦੱਸ ਦੇਣਾ ਬਿਲਕੁਲ ਵੀ ਇਹ ਕਾਨੂੰਨ ਕਿਉਂ ਫਾਇਦੇ ਚ ਹੈ। ਇਹੀ ਪ੍ਰਧਾਨ ਮੰਤਰੀ ਜਿਹੜਾ ਥੋੜਾ ਸਮਾਂ ਪਹਿਲਾਂ ਸਾਰੇ ਮੁਲਕ ਦੀਆਂ ਵੋਟਾਂ ਲੈ ਕੇ ਬੜਾ ਦਾਵਾ ਕਰਦੇ ਆ ਕਿ ਕਿਸੇ ਤਾਂ ਰਾਜ ਹੈ ਹਿੰਦੁਸਤਾਨ ਦੇ ਅੰਦਰ, ਜੀ ਜੀ, ਫਿਰ ਆਪਣੇ ਹਿੰਦੁਸਤਾਨ ਦੇ ਲੋਕਾਂ ਤੋਂ ਡਰ ਕਾਹਦਾ। ਪੰਜਾਬ 'ਚ ਖਬਰਾਂ ਸੁਣਦੇ ਹਾਂ ਤੇ ਨੈਸ਼ਨਲ ਮੀਡੀਆ ਦੇ ਵਿੱਚ ਤਾਂ ਕਿਤੇ ਕਿਤੇ ਥਾਂ ਹੀ ਨਹੀਂ ਮਿਲ ਰਹੀ, ਪਤਾ ਨਹੀਂ ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਇਹ ਤਾਂ ਕੋਈ ਖਬਰ ਹੀ ਨਹੀਂ ਹੈ ਜੀ, ਇਹ ਤਾਂ ਬੜਾ ਛੋਟਾ ਜਿਹਾ ਅੰਦੋਲਨ ਹੈ। ਬਾਲੀਵੁੱਡ ਦਾ ਆਰਟਿਸਟ ਜਿਹੜਾ ਹੈਗਾ, ਬਿਲਕੁਲ, ਗਾਂਜਾ ਫੜਿਆ ਜਾਵੇ, ਬਿਲਕੁਲ, ਉਹ ਖਬਰਾਂ ਇੰਨੀਆਂ ਛੁਟਕਾਰੇ ਲੈ ਕੇ ਦੱਸਦੇ ਆ ਨਾ, ਬਿਲਕੁਲ, ਮਹੀਨਿਆਂ ਬੱਧੀ ਵੀ ਚੱਲ ਸਕਦੀਆਂ। ਸਾਡੇ ਨਾਲ ਇੱਕ ਹੋਰ ਸਿੱਧੂ ਸਾਹਿਬ ਜੁੜ ਚੁੱਕੇ ਨੇ, ਜਗਤਾਰ ਸਿੰਘ ਸਿੱਧੂ ਸਾਡੇ ਐਡੀਟਰ ਨੇ, ਮੋਸਟ ਸੀਨੀਅਰ ਸਾਡੇ ਸਾਥੀ ਨੇ, ਬਹੁਤ ਬਹੁਤ ਸਵਾਗਤ ਹੈ ਜੀ ਸਿੱਧੂ ਸਾਹਿਬ। ਰਾਓ ਸਾਹਿਬ ਮਿਹਰਬਾਨੀ, ਮੈਂ ਤੁਹਾਡੇ ਕਮੈਂਟ ਸੁਣ ਰਿਹਾ ਸੀਗਾ ਜੀ, ਕੇਵਲ ਸਿੱਧੂ ਵਾਲੀ ਗੱਲ ਨੀ, ਜਿਹੜੇ ਥੰਮ ਦੀ ਗੱਲ ਕਰ ਰਹੇ ਸੀ ਨਾ, ਜੀ ਜੀ, ਜਿਹੜੇ ਥੰਮ ਦਾ ਭਾਈ ਸਾਹਿਬ ਨੇ ਜ਼ਿਕਰ ਨਹੀਂ ਕੀਤਾ, ਉਹ ਇੱਕ ਚੌਥਾ ਥੰਮ ਮੀਡੀਆ ਵੀ ਹੈ, ਉਹਦਾ ਵੀ ਕਾਫੀ ਜਿਹੜਾ ਹੈਗਾ ਉਸ ਦੇ ਉੱਤੇ ਵੀ ਕਾਫੀ ਕੁਐਸਚਨ ਜਿਹੜੇ ਹੈਗੇ ਉੱਠਦੇ ਆ, ਬਿਲਕੁਲ, ਕਿਤੇ ਨਾ ਕਿਤੇ ਸ਼ਾਖ ਬੱਜੀ ਵੀ ਹੋਈ ਹੈ, ਸਾਰੇ ਤਾਂ ਇਸ ਪਾਸੇ ਵੱਲ ਨੂੰ ਗਏ। ਉਹੀ ਗੱਲ ਆ ਸਿੱਧੂ ਸਾਹਿਬ, ਉਹੀ ਗੱਲ ਹੈ ਕਿਸਾਨਾਂ ਦੀਆਂ, ਦੇਖੋ ਅਸੀਂ ਪੰਜਾਬ 'ਚ ਖਬਰਾਂ ਸੁਣਦੇ ਹਾਂ, ਪੰਜਾਬ 'ਚ ਖਬਰਾਂ ਸੁਣਦੇ ਹਾਂ ਤੇ ਨੈਸ਼ਨਲ ਮੀਡੀਆ ਦੇ ਵਿੱਚ ਤਾਂ ਕਿਤੇ ਕਿਤੇ ਥਾਂ ਹੀ ਨਹੀਂ ਮਿਲ ਰਹੀ, ਪਤਾ ਨਹੀਂ ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਇਹ ਤਾਂ ਕੋਈ ਖਬਰ ਹੀ ਨਹੀਂ ਹੈ ਜੀ, ਇਹ ਤਾਂ ਬੜਾ ਛੋਟਾ ਜਿਹਾ ਅੰਦੋਲਨ ਹੈ। ਉਹਨਾਂ ਨੂੰ ਤਾਂ ਕੋਈ ਬਾਲੀਵੁੱਡ ਦਾ ਆਰਟਿਸਟ ਜਿਹੜਾ ਹੈਗਾ, ਬਿਲਕੁਲ, ਸੁਸਾਈਡ ਕਰ ਜੇ, ਕਿਸੇ ਕੋਲ ਗਾਂਜਾ ਫੜਿਆ ਜਾਵੇ, ਬਿਲਕੁਲ, ਉਹ ਖਬਰਾਂ ਇੰਨੀਆਂ ਛੁਟਕਾਰੇ ਲੈ ਕੇ ਦੱਸਦੇ ਆ ਨਾ, ਬਿਲਕੁਲ, ਮਹੀਨਿਆਂ ਬੱਧੀ ਵੀ ਚੱਲ ਸਕਦੀਆਂ, ਨਹੀਂ ਫਿਰ ਆਕਾ ਨਾਰਾਜ਼ ਹੋਣਗੇ ਨਾ ਜੀ, ਫਿਰ ਦਿਖਾਉਣਗੇ ਕਿਵੇਂ ਜੀ, ਵੱਡਾ ਸਵਾਲ ਤਾਂ ਇਹੀ ਹੈ। ਉਹਨਾਂ ਨੇ ਰਾਓ ਸਾਹਿਬ ਕਿਸਾਨ ਸੁਸਾਈਡ ਕਰਦੇ ਥੋੜੀ ਦੱਸਣੇ ਆ, ਨਹੀਂ ਬਿਲਕੁਲ, ਨਾ ਕਿਸਾਨਾਂ ਦੇ ਅੰਦੋਲਨ ਦੀ ਗੱਲ ਕਰਨੀ ਆ, ਉਹ ਤਾਂ ਤੁਸੀਂ ਤੇ ਅਸੀਂ ਆਪਾਂ ਹੀ ਕਰਦੇ ਆ, ਬਿਲਕੁਲ ਬਿਲਕੁਲ ਜੀ, ਰਾਓ ਸਾਹਿਬ ਮੋਸਟ ਵੈਲਕਮ ਜੀ। ਸਿੱਧੂ ਸਾਹਿਬ ਆਪਾਂ ਸ਼ੁਰੂ ਕਰਦੇ ਹਾਂ, ਇੱਕ ਸਾਨੂੰ ਤੁਹਾਡੇ ਪੱਖ ਬੇਹੱਦ ਜ਼ਰੂਰੀ ਨੇ, ਅਸੀਂ ਵਿਚਾਰ ਤੁਹਾਡੇ ਲੈਣੇ ਆ, ਕਿਉਂਕਿ ਦੇਖੋ ਬੜੀ ਇੱਕ ਰੌਚਕ ਜੀ ਮੈਂ ਕਹੂੰਗਾ ਕਿ ਸਥਿਤੀ ਬਣ ਗਈ ਆ, ਇੰਨੀ ਵੱਡੀ ਗਿਣਤੀ ਦੇ ਵਿੱਚ ਮੈਂ ਤਾਂ ਆਪਣੀ ਉਮਰ ਦੇ ਵਿੱਚ ਨਹੀਂ ਦੇਖੇ ਵੀ ਕਿਸਾਨ ਕਦੇ ਇਕੱਠੇ ਹੋਏ ਹੋਣ, ਅਤੇ ਜਦੋਂ ਇੰਨੀ ਵੱਡੀ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਵੱਲ ਜਾ ਰਹੇ ਨੇ ਤੇ ਫਿਰ ਸੁਭਾਵਿਕ ਹੈ ਸਿੱਧੂ ਸਾਹਿਬ ਕਿ ਦਿੱਲੀ ਤਾਂ ਘਬਰਾਊਗੀ। ਉਹਦੀ ਨਿਸ਼ਾਨੀ ਅਸੀਂ ਦੇਖ ਲਈ ਅੱਜ ਕਿ ਹਰਿਆਣਾ ਦੇ ਬਾਰਡਰ ਸੀਲ ਕਰਵਾ ਤੇ ਜਿਹੜੇ ਹਰਿਆਣਾ ਦੇ ਕਿਸਾਨ ਆਗੂ ਸੀ ਉਹਨਾਂ ਨੂੰ ਹਾਊਸ ਅਰੈਸਟ ਕਰਤਾ ਜਾਂ ਵੈਸੇ ਉਹਨਾਂ ਨੂੰ ਦੇਖ ਰੇਖ ਦੇ ਵਿੱਚ ਰੱਖ ਲਿਆ, ਤੇ ਇੱਥੇ ਇਸ 'ਤੇ ਜਾਣਨਾ ਚਾਹੁੰਦੇ ਹਾਂ ਅਸੀਂ ਵੀ, ਕਿਉਂਕਿ ਕਲੀਅਰ ਹੋਣਾ ਚਾਹੁੰਦੇ ਹਾਂ, ਕਿਉਂਕਿ ਜੇਕਰ ਤੁਸੀਂ ਸਾਨੂੰ ਦੱਸੋਗੇ ਤਾਂ ਸਾਨੂੰ ਵਾਕਈ ਲੱਗੇਗਾ ਕਿ ਹਾਂ ਵਾਕਈ ਹੀ ਇਹ ਘਬਰਾਹਟ ਦੀ ਨਿਸ਼ਾਨੀ ਹੈ ਜੋ ਇਸ ਸਮੇਂ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜੀ। ਜੀ ਰਾਓ ਸਾਹਿਬ, ਜਿੱਦਾਂ ਤੁਸੀਂ ਸਵਾਲ ਕੀਤਾ ਹੈ, ਬਹੁਤ ਕਮਾਲ ਦੀ ਗੱਲ, ਦੇਖੋ ਕਿ ਜਿਸ ਅਸੀਂ ਡੈਮੋਕ੍ਰੇਸੀ ਦਾ ਬਹੁਤ ਢੰਡੋਰਾ ਪੜਦੇ ਹਾਂ, ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਹਿੰਦੁਸਤਾਨ ਵਰਗੀ ਡੈਮੋਕ੍ਰੇਸੀ ਹੋਰ ਕਿਤੇ ਹੈ ਨਹੀਂ ਹੈ, ਦੁਨੀਆਂ ਦੀ ਅਸੀਂ ਅਗਵਾਈ ਕਰਨੀ ਹੈ ਜੀ, ਜੇ ਉਸ ਡੈਮੋਕ੍ਰੇਸੀ ਦੇ ਜਿਹੜੇ ਮੁਖੀ ਹੈ, ਪ੍ਰਧਾਨ ਮੰਤਰੀ ਹੈ,
ਉਹਨਾਂ ਨੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਹੇਠਾਂ ਪਾਰਲੀਮੈਂਟ ਦੇ ਅੰਦਰ ਜੀ ਦੇਸ਼ ਦੇ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾ ਤੇ ਜੀ ਜੀ ਉਹ ਕਾਨੂੰਨ ਤਾਂ ਬਣਾ ਤੇ ਪਾਰਲੀਮੈਂਟ ਦੇ ਅੰਦਰ ਬਹਿ ਕੇ ਜਿੱਥੇ ਕੋਈ ਆਮ ਆਦਮੀ ਤਾਂ ਜਾਣ ਦਾ ਸਵਾਲ ਹੀ ਨਹੀਂ ਖਾਸ ਨਹੀਂ ਜਾ ਸਕਦੇ ਜੀ ਜੀ ਤੇ ਉਹ ਕਾਨੂੰਨ ਜਿਹਨਾਂ ਲੋਕਾਂ ਦੇ ਖਿਲਾਫ਼ ਸੀ ਹੁਣ ਜਦੋਂ ਸੜਕਾਂ ਤੇ ਨਿਕਲੇ ਹੈ ਜੀ ਤਾਂ ਉਹਨਾਂ ਨੂੰ ਨਾਕੇ ਲਾ ਕੇ ਰੋਕ ਰਹੇ ਹੈ ਤੁਸੀਂ ਦੇਖੋ ਕਿਆ ਕਿਆ ਤਰਾਸਦੀ ਕਹਿ ਲਈਏ ਇਸ ਮੁਲਕ ਦੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਸਾਡਾ ਨੈਸ਼ਨਲ ਮੀਡੀਆ ਉਹਨੇ ਤਾਂ ਗੱਲ ਨਹੀਂ ਕਰਨੀ ਜਿਹੜੀ ਆਪਾਂ ਕਰ ਰਹੇ ਹਾਂ ਜੀ ਜੀ ਤੁਸੀਂ ਕਾਨੂੰਨ ਬਣਾਏ ਉਹਨਾਂ ਲੋਕਾਂ ਬਾਰੇ ਪਾਰਲੀਮੈਂਟ 'ਚ ਬੈਠ ਕੇ ਬੰਦ ਕਮਰਿਆਂ 'ਚ ਬੈਠ ਕੇ ਸਕੀਨਾਂ ਦੇ ਛਾਂ ਹੇਠਾਂ ਸੁਰੱਖਿਆ ਹੇਠਾਂ ਤੇ ਜਿਹੜੇ ਲੋਕਾਂ ਦੇ ਖਿਲਾਫ਼ ਬਣਾਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹ ਸੜਕਾਂ ਤੇ ਤੁਰ ਪਏ ਨਿਕਲ ਕੇ ਜੀ ਜੀ ਬਿਲਕੁਲ ਜਵਾਬ ਮੰਗਦੇ ਹੈ ਦਿੱਲੀ ਉਹ ਕੋਈ ਦਿੱਲੀ ਢਾਉਣ ਲਈ ਨਹੀਂ ਆ ਰਹੇ ਉਹ ਦਿੱਲੀ ਜਵਾਬ ਮੰਗਣ ਲਈ ਆ ਰਹੇ ਹੈ ਕਿ ਸ਼੍ਰੀ ਮਾਨ ਜੀ ਜਿਹੜੇ ਕਾਨੂੰਨ ਬਣਾਏ ਹੈ ਇਹਨਾਂ ਕਾਨੂੰਨਾਂ ਦੇ ਖਿਲਾਫ਼ ਹੈ ਇਹ ਕਾਨੂੰਨ ਵਾਪਸ ਲਓ ਦੱਸੋ ਸਾਨੂੰ ਇਹ ਕਾਨੂੰਨਾਂ ਦਾ ਕੀ ਫਾਇਦਾ ਕੀ ਫਾਇਦਾ ਬਿਲਕੁਲ ਅੱਛਾ ਸਿੱਧੂ ਸਾਹਿਬ ਇਹਦੇ ਵਿੱਚ ਹੋਰ ਗੱਲ ਵੀ ਨਿਕਲ ਕੇ ਆ ਰਹੀ ਹੈ ਕਿ ਕਿਤੇ ਕਰੋਨਾ ਵਾਇਰਸ ਦਾ ਹਥਿਆਰ ਤਾਂ ਨਹੀਂ ਵਰਤ ਲੂਗਾ ਕੇਂਦਰ ਸਰਕਾਰ ਤੇ ਕਿਤੇ ਫੇਰ ਕਹਿ ਦੇ ਕਿ ਲੋਕਡਾਊਨ ਲੱਗ ਗਿਆ ਜੀ ਚਲੋ ਆਪਣੇ ਆਪਣੇ ਘਰੇ ਰਾਵ ਸਾਹਿਬ ਇਹ ਤਾਂ ਇਹ ਮੁਲਕ ਤੇ ਮੁਲਕ ਦੀ ਸਰਕਾਰ ਜਿਹੜੀ ਹੈਗੀ ਹੈ ਜੀ ਇਹ ਤਾਂ ਕਦੇ ਤਬਲੀਗ ਦੇ ਜਿਹੜੇ ਹੈਗੇ ਆ ਕਦੇ ਵੱਖ ਵੱਖ ਜਿਹੜੇ ਵਰਗ ਹੈ ਧਰਮਾਂ ਦੇ ਨਾਂ ਦੇ ਉੱਤੇ ਬਹੁਤ ਕੁਝ ਵਰਤਿਆ ਜਾਂਦਾ ਹੈ ਜਿਹੜੇ ਮੁਲਕ ਦੇ ਵਿੱਚ ਜੇ ਕੋਈ ਗਊ ਲਈ ਜਾਂਦਾ ਜਿਹੜਾ ਹੈਗਾ ਉਹਨੂੰ ਕਹਿ ਦੇਣ ਜੀ ਇਹ ਤਾਂ ਗਊ ਦੀ ਹੱਤਿਆ ਕਰਨ ਚੱਲਿਆ ਜੀ ਗਊ ਦਾ ਮਾਸ ਖਾਣ ਚੱਲਿਆ ਕਿਸੇ ਦੀ ਫਰਿੱਜ ਫਰੋਲ ਸਕਦੇ ਹੈ ਕਿਸੇ ਦਾ ਘਰ ਫਰੋਲ ਸਕਦੇ ਹੈ ਕਿਸੇ ਦੇ ਨਾਂ ਦੇ ਉੱਤੇ ਕਿਸੇ ਕੋਲ ਕੋਈ ਕਿਤਾਬ ਫੜੀ ਗਈ ਤਾਂ ਉਹਨੂੰ ਇਹੋ ਜਿਹੇ ਐਕਟ ਚ ਬੰਦ ਕਰ ਸਕਦੇ ਹੈ ਬਿਲਕੁਲ ਜੰਮੂ ਕਸ਼ਮੀਰ ਵਾਲੇ ਲੋਕ ਕਹਿੰਦੇ ਸਾਨੂੰ ਡੈਮੋਕ੍ਰੇਸੀ ਚਾਹੀਦੀ ਹੈ ਤੇ ਸਾਡੇ ਮੁਲਕ ਦੇ ਨੇਤਾ ਕਹਿੰਦੇ ਕਿ ਤੁਸੀਂ ਤਾਂ ਪਾਕਿਸਤਾਨ ਨਾਲ ਰਲ ਗਏ ਹੋ ਤੁਸੀਂ ਤਾਂ ਦੇਸ਼ ਵਿਰੋਧੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਤੇ ਇਹ ਕਹਿੰਦੇ ਜੀ ਇਹ ਤਾਂ ਤੁਸੀਂ ਜੀ ਬਿਲਕੁਲ ਬਲੇ ਇਹ ਤਾਂ ਮੁਲਕ ਲਈ ਸ਼ੁਭ ਸ਼ਗਨ ਹੋਣਾ ਚਾਹੀਦਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜਮਹੂਰੀਅਤ ਦਾ ਬੂਟਾ ਚੌਂਦਾ ਜਾਗਦਾ ਹੈ ਤੇ ਸਾਡੇ ਜਿਹੜੇ ਨੇਤਾ ਉਹੀ ਕਹਿ ਰਹੇ ਆ ਕਿ ਨਹੀਂ ਤੁਸੀਂ ਤਾਂ ਪਾਕਿਸਤਾਨ ਨਾਲ ਰਲ ਗਏ ਹੋ ਦੂਜੇ ਪਾਸੇ ਚੱਲ ਗਏ ਹੋ ਸੋ ਕਰੋਨਾ ਦੀ ਗੱਲ ਦਾ ਬਹਾਨਾ ਬਣਾਉਣਾ ਤਾਂ ਬਹੁਤ ਸੌਖਾ ਪਰ ਇੱਕ ਗੱਲ ਨਾ ਬਹੁਤ ਜਿਹੜਾ ਮੈਨੂੰ ਲੱਗਦਾ ਦਿੱਲੀ ਦੇ ਤੁਸੀਂ ਘਬਰਾਉਣ ਦੀ ਗੱਲ ਕਰਦੇ ਹੋ ਜੀ ਜੀ ਉਹਨਾਂ ਲਈ ਕਿਸਾਨਾਂ ਨੂੰ ਕਿਸ ਤਰ੍ਹਾਂ ਦਵਾਇਆ ਜਾਵੇ ਜਾਂ ਕਿਸ ਤਰ੍ਹਾਂ ਇਹਨਾਂ ਤੇ ਕੋਈ ਕਿਉਂਕਿ ਬਹੁਤ ਸੌਖਾ ਸੀਗਾ ਕਾਂਗਰਸ ਦੇ ਖਿਲਾਫ਼ ਇਸ ਤਰ੍ਹਾਂ ਦਾ ਮੋਹਰ ਲਗਾਉਣੀ ਪਰਿਵਾਰਵਾਦ ਦੀ ਗੱਲ ਕਰਨੀ ਕਦੇ ਉਹਨੂੰ ਕਹਿ ਦੇਣਾ ਜੀ ਇਹ ਚਾਈਨਾ ਨਾਲ ਮਿਲੇ ਵੀ ਆ ਕਦੇ ਕਹਿਣਾ ਜੀ ਤਾਂ ਕਾਂਗਰਸ ਤਾਂ ਖਤਮ ਹੋ ਗਈ ਅਮਲ ਚੋਂ ਕਿਸਾਨਾਂ ਬਾਰੇ ਨਾ ਬਹੁਤ ਮੈਨੂੰ ਲੱਗਦਾ ਕਿ ਦਿੱਲੀ ਖੁਦ ਇਸ ਹੱਦ ਤੱਕ ਭੰਬੜ ਭੁੱਸੇ ਚ ਪੈ ਗਈ ਹੈ ਉਹਨਾਂ ਨੂੰ ਸਮਝ ਨੀ ਲੱਗਦੀ ਕਦੇ ਮੇਰੇ ਖਿਆਲ ਇਸ ਤਰ੍ਹਾਂ ਦੇ ਲੋਕਾਂ ਨਾਲ ਦਿੱਲੀ ਦਾ ਵਾਹ ਹੀ ਨੀ ਪਿਆ ਵੀ ਇਹਨਾਂ ਰੋਕੀਏ ਕਿਵੇਂ ਤੁਸੀਂ ਦੇਖੋ ਨਾਕਾ ਤਾਂ ਜ਼ਰੂਰ ਲਾਤਾ ਤੁਸੀਂ ਸੜਕਾਂ ਤੇ ਨਾਕਾ ਲਾਉਣ ਨਾਲ ਰਾਓ ਸਾਹਿਬ ਬਿਲਕੁਲ ਹਾਈਵੇ ਤੇ ਨਾਕਾ ਲਾਉਣ ਦੇ ਨਾਲ ਤੁਸੀਂ ਆਪਣਾ ਮੁਲਕ ਦੇ ਲੋਕਾਂ ਨੂੰ ਮੁਲਕ ਤੋਂ ਥੋੜੀ ਵੱਖ ਕਰ ਦਿਓਗੇ ਨਹੀਂ ਕਿਸਾਨ ਤਾਂ ਕਹਿ ਰਹੇ ਕਹਿੰਦੇ ਜੀ ਅਸੀਂ ਵੱਟੋ ਵੱਟੀ ਹੋਲਾਂਗੇ ਕਿੱਡੀ ਗੱਲ ਆ ਇੱਕ ਤੁਸੀਂ ਇਹ ਦੇਖੋ ਕਿ ਇੱਕ ਮੁਲਕ ਦੇ ਇੱਕੋ ਅੰਦਰ ਜਿਹੜਾ ਇੱਕ ਪਾਸੇ ਨਾਕਾ ਲਾ ਕੇ ਫੋਰਸ ਇੱਧਰ ਖੜੀਆਂ ਦੂਜੇ ਪਾਸੇ ਤੁਹਾਡੇ ਆਪਣੇ ਲੋਕ ਖੜੇ ਹੈ ਉਹਨਾਂ ਨੂੰ ਤੁਸੀਂ ਨਾ ਤਾਂ ਪਾਕਿਸਤਾਨੀ ਕਹਿ ਕੇ ਬਦਨਾਮ ਕਰ ਸਕਦੇ ਹੋ ਜੀ ਨਾ ਉਹਨਾਂ ਨੂੰ ਵੱਖਵਾਦੀ ਨਾ ਹੀ ਜਿਹੜੇ ਦੇਸ਼ ਦਾ ਅੰਨਦਾਤਾ ਹੈ ਬਿਲਕੁਲ ਉਹਦੇ ਜਿਹੜੇ ਹੱਥ ਹੈ ਨਾ ਉਹ ਇੰਨੇ ਪਵਿੱਤਰ ਹੈ ਉਹਨਾਂ ਨੂੰ ਇਹ ਵਿਦੇਸ਼ੀ ਹੱਥ ਵੀ ਨਹੀਂ ਕਹਿ ਸਕਦੇ ਵੀ ਇਹਨਾਂ ਦੇ ਵਿੱਚ ਸ਼ਰਾਰਤ ਹੈ ਜਾਂ ਬਿਲਕੁਲ ਬਿਲਕੁਲ ਇਹੀ ਤਾਂ ਮਜਬੂਰੀ ਹੈ ਸਿੱਧੂ ਸਾਹਿਬ ਨਹੀਂ ਹੁਣ ਨੂੰ ਤਾਂ ਦੇਸ਼ ਤੋਂ ਹੀ ਕਹਿ ਦਿੱਤਾ ਹੁੰਦਾ ਨਾ ਦੇਖੋ ਉਹ ਤਾਂ ਇੱਕ ਵਾਰ ਤਾਂ ਕਹਿ ਹੀ ਦਿੱਤਾ ਸੀਗਾ ਜੇਪੀ ਨੱਡਾ ਨੇ ਇਹ ਬਿਆਨ ਤਾਂ ਤੁਸੀਂ ਆਪਾਂ ਸੁਣਿਆ ਹੀ ਆ ਉਹ ਕਹਿੰਦੇ ਕਿ ਇਹ ਤਾਂ ਕਿਸਾਨ ਹੈ ਹੀ ਨਹੀਂ ਇਹ ਤਾਂ ਵਿਚੋਲੀਏ ਨੇ ਉਹ ਵੀ ਇਸੇ ਪਾਸੇ ਨੂੰ ਸੀ ਨਾ ਕਿਉਂਕਿ ਦੇਸ਼ ਧਰੋਹੀ ਦਾ ਟੈਗ ਇੱਥੇ ਨਹੀਂ ਲਾ ਸਕਦੇ ਇਸ ਕਰਕੇ ਉਹ ਵੀ ਮਜਬੂਰੀ 'ਚ ਨੇ ਕਿ ਉਹ ਕੋਈ ਹੋਰ ਨਵੇਂ ਸ਼ਬਦ ਲੱਭਦੇ ਨੇ ਕਿ ਆਹ ਵਿਚੋਲੀਆ ਵੀ ਇਹਦੇ ਕਰਕੇ ਨਿਕਲਿਆ ਸੀ ਅੱਛਾ ਸਿੱਧੂ ਸਾਹਿਬ ਇੱਕ ਪਾਸੇ ਤਾਂ ਇੱਦਾਂ ਹੋ ਰਿਹਾ ਤੇ ਫਿਰ ਨਾਲ 3 ਦਸੰਬਰ ਦੀ ਮੀਟਿੰਗ ਸੱਦੀ ਜਾਂਦੇ ਨੇ ਤੁਸੀਂ ਦੇਖੋ ਕਿਆ ਕਮਾਲ ਕਰ ਰਿਹਾ ਕੇਂਦਰ ਜਿਹੜਾ ਹੈਗਾ 3 ਦਸੰਬਰ ਦੀ ਮੀਟਿੰਗ ਦਾ ਉਦੋਂ ਸੁਨੇਹਾ ਆਇਆ ਜਦੋਂ ਕਿ ਬਹੁਤ ਸਾਰੇ ਕਿਸਾਨ ਤਾਂ ਦਿੱਲੀ ਵੱਲ ਨੂੰ ਚੱਲ ਪਏ ਹੈ ਉਹੀ ਤਾਂ ਗੱਲ ਹੈ ਕਿ ਉੱਥੇ ਹੀ ਜਾਣਾ ਭਾਈ ਕੋਈ ਗੱਲ ਨਹੀਂ ਇੱਥੋਂ ਹੀ ਅਸੀਂ ਉੱਠ ਕੇ ਉੱਥੇ ਤੁਹਾਡੇ ਕਿਸਾਨ ਵਿਗਿਆਨ ਭਵਨ ਆ ਜਾਵਾਂਗੇ ਕੋਈ ਗੱਲ ਨਹੀਂ ਬਲਕਿ ਚਾਹੀਦਾ ਤਾਂ ਇਹ ਸੀਗਾ ਜੇ
ਇੰਨਾ ਹੀ ਮੁਲਕ ਦੇ ਪ੍ਰਧਾਨ ਮੰਤਰੀ ਕਿਸਾਨਾਂ ਦੇ ਬਾਰੇ ਚ ਸਾਫ ਕੋਈ ਨਾ ਗੱਲ ਕਰਦੇ ਆ ਜੀ, ਉਹ ਕਹਿੰਦੇ ਵੀ ਆ ਜਾਓ ਦਿੱਲੀ ਚ, ਮੈਂ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰੂੰਗਾ, ਨਾਲੇ ਮੈਂ ਦੱਸ ਦੇਣਾ ਬਿਲਕੁਲ ਵੀ ਇਹ ਕਾਨੂੰਨ ਕਿਉਂ ਫਾਇਦੇ ਚ ਹੈ। ਫਿਰ ਜਾਂ ਤਾਂ ਫੇਸ ਕਰਨਾ ਚਾਹੀਦਾ ਨਾ ਆਪਣੇ ਲੋਕਾਂ ਨੂੰ। ਜੀ 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 ਬਿਲਕੁਲ ਬਿਲਕੁਲ। ਇਹੀ ਪ੍ਰਧਾਨ ਮੰਤਰੀ ਜਿਹੜਾ ਥੋੜਾ ਸਮਾਂ ਪਹਿਲਾਂ ਸਾਰੇ ਮੁਲਕ ਦੀਆਂ ਵੋਟਾਂ ਲੈ ਕੇ ਬੜਾ ਦਾਵਾ ਕਰਦੇ ਆ ਕਿ ਇੱਕ ਛੱਤਰ ਰਾਜ ਹੈ ਹਿੰਦੁਸਤਾਨ ਦੇ ਅੰਦਰ, ਜੀ ਜੀ, ਫਿਰ ਆਪਣੇ ਹਿੰਦੁਸਤਾਨ ਦੇ ਲੋਕਾਂ ਤੋਂ ਡਰ ਕਾਹਦਾ? ਕੱਲੇ ਤੁਸੀਂ ਨਾਕਾ ਲਾ ਰਹੇ ਹੋ ਜੀ ਜੀ ਜੀ, ਲੋਕਾਂ ਨੂੰ ਇਸ ਮਾਮਲੇ ਦੇ ਉੱਤੇ ਲੈ ਕੇ ਵਾਰ ਵਾਰ ਜਿਹੜੀਆਂ ਏਦਾਂ ਦੀਆਂ ਗੱਲਾਂ, ਕਦੇ ਉਹਨਾਂ ਨੂੰ ਤੁਸੀਂ ਸ਼ਹਿਰੀ ਨਕਸਲਵਾਦ ਦੀ ਗੱਲ ਕਰਦੇ ਹੋ ਜੀ, ਕਦੇ ਵੱਖਵਾਦ ਦੀ ਗੱਲ ਕਰਦੇ ਹੋ, ਕਿਤੇ ਤੁਸੀਂ ਕਹਿੰਦੇ ਹੋ ਤਾਂ ਕਿਸਾਨ। ਦੇਖੋ ਆਪਾਂ ਰਾਓ ਸਾਹਿਬ, ਆਪਾਂ ਪੰਜਾਬ ਦੇ ਰਹਿਣ ਵਾਲੇ ਹੈ, ਤੁਸੀਂ ਦੱਸੋ ਕੋਈ ਜਿਹੜੀ ਪੋਲੀਟੀਕਲ ਸਿਸਟਮ ਚ ਕੋਈ ਦੀਨ ਧਰਮ ਕੋਈ ਮਜ਼ਹਬ ਰਹਿ ਗਿਆ? ਅਸੀਂ ਜਾਣਦੇ ਹਾਂ ਸਾਰੇ ਕਿੱਦਾਂ ਸਾਡੇ, ਮੇਰਾ ਕੋਈ ਭਰਾ ਹੋਏਗਾ, ਮੇਰਾ ਕੋਈ ਬਾਪ ਹੋਏਗਾ, ਮੇਰਾ ਕੋਈ ਚਾਚਾ ਤਾਇਆ ਹੋਏਗਾ ਜਿਹੜਾ ਟਰਾਲੀਆਂ ਚ ਬੈਠ ਕੇ ਜਾ ਰਿਹਾ, ਜਿਹੜਾ ਪਿੰਡ ਦੇ ਵਿੱਚ ਰਾਸ਼ਨ ਦੇ ਰਿਹਾ, ਜਿਹੜੇ ਗੁਰਦੁਆਰੇ ਚ ਅਨਾਊਂਸ ਹੋ ਰਿਹਾ ਕਿ ਭਰਾਓ ਆਪਾਂ ਦਿੱਲੀ ਚੱਲਣਾ ਆਓ, ਇਹ ਪੋਲੀਟੀਕਲ ਲੋਕ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਤਾਂ ਜੀ, ਕੋਈ ਕਹਿੰਦਾ ਕੈਪਟਨ ਅਮਰਿੰਦਰ ਦੇ ਸਿਖਾਏ ਤੋਂ ਬੋਲਦੇ ਆ, ਕੋਈ ਕਹਿੰਦਾ ਆਪ ਦੇ ਸਿਖਾਏ ਤੋਂ ਬੋਲਦੇ ਆ, ਤੁਸੀਂ ਇੰਨਾ ਤੁਸੀਂ ਜਾਣੀ ਦੇਖੋ ਨਾ ਏਡਾ ਵੱਡਾ ਝੂਠ ਬੋਲਣਾ। ਅਸੀਂ ਲੱਖਾਂ ਲੋਕ ਸੜਕਾਂ ਤੇ ਨਿਕਲ ਕੇ ਜਾ ਰਹੇ ਆ, ਕੈਪਟਨ ਅਮਰਿੰਦਰ ਦੀ ਹਿੰਮਤ ਹੋ ਸਕਦੀ ਹੈ ਕਿ ਉਹਦੇ ਕਹੇ ਤੋਂ ਜਿਹੜੇ ਹੈਗੇ ਸੜਕਾਂ ਤੇ ਏਦਾਂ ਕਿਸਾਨ ਨਿਕਲ ਕੇ ਤੁਰ ਪੈਣ? ਇੰਨਾ ਵੱਡਾ ਝੂਠ ਹਿੰਦੁਸਤਾਨ ਦੀ ਪੋਲੀਟਿਕਸ ਚ ਮੇਰਾ ਖਿਆਲ ਬੋਲਿਆ ਜਾ ਸਕਦਾ ਹੈ? ਬਿਲਕੁਲ, ਕੋਈ ਕੋਈ ਲੈਵਲ ਹੀ ਨਹੀਂ ਰਹਿ ਗਿਆ ਸਾਡੀ ਰਾਜਨੀਤੀ ਦਾ ਰਾਓ ਜੀ। ਬਿਲਕੁਲ, ਇਸ ਤਰੀਕੇ ਨਾਲ ਕਿਸਾਨਾਂ ਦੀਆਂ ਗੱਲਾਂ ਮੰਨਣ ਦੀ ਵੀ ਥਾਂ, ਉਹਨਾਂ ਦੇ ਮੁੱਦਿਆਂ ਤੇ ਗੱਲ ਕਰਨ ਦੀ ਥਾਂ, ਵੀ ਤਿੰਨ ਖੇਤੀ ਕਾਨੂੰਨ ਹੈ ਜੀ। ਭਲੇ ਮਾਨਸੋ ਤੁਸੀਂ ਖੁਦ ਕਹਿੰਦੇ ਹੋ ਗੱਲ ਕਿ ਜਿਹੜਾ ਹੈਗਾ MSP ਤਾਂ ਜਾਰੀ ਰਹੇਗੀ, ਖਤਮ ਨੀ ਹੋਏਗੀ ਜੀ ਜੀ ਜੀ, ਤੇ ਕਿਸਾਨ ਇੰਨੀ ਗੱਲ ਹੀ ਕਹਿੰਦਾ ਕਿ ਉਹਨੂੰ ਤੁਸੀਂ ਕਾਨੂੰਨ ਦਾ ਹਿੱਸਾ ਬਣਾ ਲਓ। ਕਦੇ ਤੁਸੀਂ ਉਹ ਸੁਖਬੀਰ ਬਾਦਲ ਦੇ ਰਹੇ ਚਿੱਠੀਆਂ ਭੇਜਦੇ ਰਹੇ ਹੋ, ਕਦੇ ਤੁਸੀਂ ਕਹਿੰਦੇ ਕਿ ਦਿੱਲੀ ਆ ਜਾਓ, ਦਿੱਲੀ ਸੱਦ ਕੇ ਫੇਰ ਉਹੀ ਗੱਲਾਂ ਕਰਦੇ ਹੋ। ਹੁਣ 3 ਦਸੰਬਰ ਦੀ ਅੱਜ ਮੇਰੀ ਆਪਣੇ ਹੀ ਚੈਨਲ ਦੇ ਉੱਤੇ ਜੀ ਜਿਹੜੇ ਸੀਨੀਅਰ ਕਿਸਾਨ ਨੇਤਾ ਬਲਵੀਰ ਰਾਜੇਵਾਲ ਜੀ, ਉਹਨਾਂ ਨਾਲ ਗੱਲ ਹੋਈ ਸੀ, ਤੇ ਦੂਜੇ ਬੂਟਾ ਸਿੰਘ ਬੁਰਜ ਗਿੱਲ, ਉਹ ਵੀ ਸੀਨੀਅਰ ਕਿਸਾਨ ਨੇਤਾ, ਦੋਨਾਂ ਨਾਲ ਗੱਲ ਹੋਈ ਹੈ। ਤਾਂ ਦੋਨਾਂ ਦਾ ਇਹ ਕਹਿਣਾ ਸੀਗਾ ਕਿ ਜੀ ਸਾਨੂੰ ਹੁਣ ਇਹਨਾਂ ਦੇ ਸੱਦੇ ਤੇ ਕੋਈ ਭਰੋਸਾ ਹੀ ਨਹੀਂ ਹੈ, ਅਸੀਂ ਬਾਅਦ ਚ ਆਰਾਮ ਨਾਲ ਬੈਠ ਕੇ ਸੋਚਾਂਗੇ ਜਾਣਾ ਵੀ ਹੈ ਕਿ ਨਹੀਂ ਜਾਣਾ। ਇੱਕ ਪਾਸੇ ਸਾਡੀ ਬਾਂਹ ਮਰੋੜ ਰਹੇ ਹੈ, ਇੱਕ ਪਾਸੇ ਨਾਕੇ ਲਾ ਰਹੇ ਹੈ, ਦੂਜੇ ਪਾਸੇ ਸਾਨੂੰ ਗੱਲਬਾਤ ਦਾ ਸੱਦਾ ਦੇ ਰਹੇ ਹੈ। ਬਿਲਕੁਲ ਬਿਲਕੁਲ, ਇਹ ਤਾਂ ਬਹੁਤ ਵੱਡਾ ਉਹਦੀ ਸਿਹਰਦਤਾ ਤੇ ਸਲਾਹ ਮਸ਼ਵਰਾ ਕਰ ਲਾਂਗੇ, ਪਰ ਜਿਹੜੇ ਹਾਲਾਤ ਇਸ ਮੌਕੇ ਬਣ ਰਹੇ ਆ, ਖਾਸ ਕਰਕੇ ਹਰਿਆਣੇ ਚ, ਹਰਿਆਣੇ ਦੀਆਂ ਸੀਲ ਜਿਹੜੀਆਂ ਸਰਹੱਦਾਂ ਨੇ ਉਹ ਸੀਲ ਕਰ ਦਿੱਤੀਆਂ ਗਈਆਂ ਨੇ, ਤੇ ਕਿਸਾਨ ਆਗੂ ਉਹ ਕਹਿੰਦੇ ਤੁਸੀਂ ਸਾਡੇ ਗ੍ਰਿਫ਼ਤਾਰ ਕਰ ਰਹੇ ਹੋ, ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਗੱਲਬਾਤ ਦੇ ਲਈ ਆਈਏ। ਤਾਂ ਫਿਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਆਪਾਂ ਨੂੰ ਨਹੀਂ ਲੱਗਦਾ ਕਿ ਕਿਸਾਨ ਗੱਲਬਾਤ ਕਰਨਗੇ। ਉਹ ਮਾਹੌਲ ਤਾਂ ਨਹੀਂ ਰਹੋ ਸਰ, ਤੁਹਾਡੇ ਕੋਲ ਸਮਾਂ ਨਹੀਂ ਹੈਗਾ, ਮੈਂ ਨਹੀਂ ਹੋਏਗਾ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਜੀ ਕਿ ਤੁਸੀਂ ਆਪਾਂ ਸਾਰੇ ਪੰਜਾਬੀਆਂ ਨੂੰ ਸਲੂਟ ਕਰਦੇ ਆ ਯਾਰ, ਪਿੰਡਾਂ ਚੋਂ ਕਿਸ ਤਰ੍ਹਾਂ ਟਰਾਲੀਆਂ ਭਰ ਕੇ ਕੋਈ ਗੁੜ ਦੇ ਰਿਹਾ, ਕੋਈ ਆਟਾ ਦੇ ਰਿਹਾ, ਕੋਈ ਚਾਹ ਦੇ ਰਿਹਾ, ਕੋਈ ਚਾਵਲ ਦੇ ਰਿਹਾ, ਇਹ ਸਾਡੇ ਗੁਰੂਆਂ ਦਾ, ਸਾਡੀ ਵਿਰਾਸਤ ਦਾ ਸਾਡਾ ਹਿੱਸਾ ਹੈ। ਬਿਲਕੁਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਦਿੱਲੀ ਇਕਾਈ ਨੂੰ ਵੀ ਕਹਿਤਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਵੀ ਕਹਿਤਾ, ਕਹਿੰਦੇ ਜੀ ਲੰਗਰ ਦੀ ਜ਼ਿੰਮੇਵਾਰੀ ਤੁਸੀਂ ਚੁੱਕੋ, ਕਿਸਾਨਾਂ ਨੂੰ ਕੋਈ ਲੋੜ ਨਹੀਂ ਲੰਗਰ ਜਾਣ ਦੀ, ਤੇ ਅਸੀਂ ਚੁੱਕਦੇ ਆ। ਇਹ ਤੁਹਾਨੂੰ ਕਿਵੇਂ ਲੱਗਦਾ ਮੂਵ? ਜੀ ਜੀ, ਇਹ ਤਾਂ ਰਾਓ ਸਾਹਿਬ ਜਿਹੜਾ ਹੈਗਾ, ਦੇਖੋ ਸਾਡੇ ਸਭ ਦੇ ਸਾਂਝੇ ਹੈ, ਨਹੀਂ ਕਹਿਣ ਦੀ ਦੇਖੋ ਗੱਲ ਹੀ ਨਹੀਂ ਹੈ, ਕਿਉਂਕਿ ਜੇ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਹੈ, ਜੇ ਉੱਥੇ ਕਿਸਾਨ ਪੰਜਾਬ ਦੇ ਜਾ ਰਹੇ ਨੇ, ਤੇ ਅਸੀਂ ਇਹ ਦੇਖ ਕੇ ਤਾਂ ਲੰਗਰ ਖਵਾਉਂਦੇ ਨਹੀਂ ਕਿ ਇਹ ਪੰਜਾਬੀ ਹੈ ਜੀ, ਇਹ ਕਿਤੋਂ ਹੋਰ ਆਇਆ। ਉਹ ਤਾਂ ਜੇ ਲੰਗਰ ਬਣ ਰਿਹਾ, ਜੇ ਪੰਜਾਬ ਦੇ ਕਿਸਾਨ ਚਲੇ ਗਏ, ਤੇ ਉਹ ਤਾਂ ਤੁਸੀਂ ਉੱਥੇ ਪਹੁੰਚਾ ਦਿਓ, ਇਹਦੇ ਵਿੱਚ ਐਡੇ ਐਲਾਨ ਕਰਨ ਦੀ ਕੀ ਗੱਲ ਹੈ? ਹਰ ਗੱਲ ਚੋ ਰਾਜਨੀਤਿਕ ਤੌਰ ਤੇ ਲਾਹਾ ਲੈਣ ਦੀ ਗੱਲ, ਬਿਲਕੁਲ ਸੰਖੇਪ ਦੇ ਵਿੱਚ ਤੁਸੀਂ ਆਪਾਂ ਐਂਡ ਕਰਨੇ ਆ ਹੋਏ ਗੱਲ ਦਾ। ਜੀ ਜੀ, ਅੱਜ ਕਿਸਾਨ ਆਗੂਆਂ ਦਾ ਕਹਿਣਾ ਸੀ ਜੇ ਅਕਾਲੀ ਦਲ ਹੈ ਚਾਹੇ ਕਾਂਗਰਸ ਵਾਲੇ ਹੈ, ਇਹ ਜਲੂਸ ਕਰ ਰਹੇ ਹੈ ਕਿਸਾਨਾਂ ਦੇ ਹੱਕ ਚ, ਉਹ ਕਹਿੰਦੇ ਸਵਾਲ ਤਾਂ ਆਏਗਾ, ਮਜ਼ਾ ਤਾਂ ਆਉਂਦਾ ਹੈ। ਹੁਣ ਬੀਬਾ ਹਰਸਿਮਰਤ ਬਾਦਲ ਕਿਸੇ ਟਰਾਲੀ ਚ ਬਹਿ ਕੇ ਦਿੱਲੀ ਜਾਏਗੀ? ਕੈਪਟਨ ਅਮਰਿੰਦਰ ਤੇ ਕਿਸੇ ਨੇ ਨਹੀਂ ਜਾਣਾ,
ਕਿਸੇ ਟਰੈਕਟਰ ਤੇ ਬਹਿ ਕੇ ਦਿੱਲੀ ਜਾਣਗੇ, ਤੁਸੀਂ ਫੋਟੋ ਸੈਸ਼ਨ ਕਰਦੇ ਹੋ, ਬਿਲਕੁਲ ਤਸਵੀਰਾਂ ਖਿਚਾਉਂਦੇ ਹੋ, ਯਾਨੀ ਹਰ ਗੱਲ ਚ ਸਾਡੇ ਹੱਦਾਂ ਚ ਰਾਜਨੀਤੀ ਇੰਨੀ ਵੱਧ ਗਈ ਹੈ, ਬਿਲਕੁਲ ਕਿਸੇ ਨੇ ਨਹੀਂ ਜਾਣਾ, ਠੀਕ ਹੈ, ਹਰ ਗੱਲ ਚ ਅਸੀਂ ਆਪਣੀ ਅਗਲੀ ਸਰਕਾਰ ਦੇ जी समा साडा अपना कंप्लीट हो गया जी। सिद्धू साहब तो बहुत बहुत शुक्रिया जी, गल्लां बातां असीं होर भी करनियां सी लेकिन समा इजाजत नहीं दे रहा जी, सो बहुत बहुत शुक्रिया तुसीं साडे नाल जुड़े, सानूं समा दित्ता जी, बहुत बहुत धन्नवाद तुहाडा। साडा हर एक प्रोग्राम वेखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।